ਕਰਨੋਇਲ ਦੇ ਰਾਕੇ ਦਾ ਕੀ ਰੋਲਾ ਪੈ ਗਿਆ ਹੁਣ ਯਾਰ ਰਾਕਾ ਕੌਣ ਰਾਕਾ ਉਹ ਅਮਲੀ anthem ਗਾਣਾ ਆਇਆ ਸੀ ਜਿਹਦਾ ਨਹੀਂ ਮੈਂ ਤਾਂ ਤੈਨੂੰ ਬਾਈ ਦਾ ਯੂਜ਼ਰ ਨੇ ਨੰ ਦੱਸਿਆ ਹਾਂ ਹਾਂ ਉਹੀ ਰਾਕਾ ਅੱਛਾ ਰੋਲਾ ਦਾ ਦੱਸ ਰੋਲਾ ਇਹ ਆ ਵੀ ਜਦੋਂ ਕਰਨੋਇਲ ਦਾ POV ਗਾਣਾ ਆਇਆ ਸੀ ਨਾ ਹੂੰ ਉਸ ਤੋਂ ਬਾਅਦ ਦੀ ਥੋੜੇ ਟਾਈਮ ਬਾਅਦ ਹੀ ਰਾਕੇ ਦਾ ਸੁਬਾਤ ਗਾਣਾ ਆਇਆ ਓਕੇ ਠੀਕ ਆ ਹੁਣ ਇੰਟਰਸਟਿੰਗ ਗੱਲ ਇਹ ਆ ਵੀ ਜਦੋਂ ਕਰਨੋਇਲ ਲਾਈਵ ਸੀ ਆਪਦੀ ਕਿੱਕ ਦੀ ਸਟ੍ਰੀਮ ਤੇ ਹੂੰ ਉਹ ਕਹਿੰਦਾ ਵੀ ਲੋਕ ਮੇਰੀ ਤਰਜ਼ਾ ਚੱਕਦੇ ਆ ਮੈਂ 스ਨੀਪਿਟ ਦੇਖਿਆ ਮੈਨੂੰ ਲੱਗਿਆ ਵੀ ਪਤਾ ਨਹੀਂ ਬਾਈਕ ਨੂੰ ਟਾਰਗੇਟ ਕਰ ਰਹਾ ਕਿ ਉਹ ਤਰਜ਼ਾ ਚੱਕਦੇ ਕਹਿੰਦਾ ਮੈਂ ਆਪਜੀ ਤਰਜ਼ ਬਣਾਉਂਗਾ ਕਰਨ ਵਾਲਾ ਕਹਿੰਦਾ ਕਹਿੰਦਾ ਵੀ ਲੋਕ ਜਿਹੜੀ ਕਾਪੀ ਨਹੀਂ ਹੋਣੀ ਜਿਹੜੀ ਕਾਪੀ ਨਹੀਂ ਹੋਣੀ ਤੇ ਬਾਅਦ ਵਿੱਚ ਮੈਂ ਆਪਾਂ ਕਮੈਂਟਾਂ 'ਚ ਵੇਖਿਆ ਨਾ ਵੀ ਕਿਹਨੂੰ ਕਿਹਾ ਹੋਊਗਾ ਇਹ ਕਮੈਂਟ ਤੇਰੇ ਸੋਰਸ ਆ ਨਿਊਜ਼ ਦੇ a ਨਿਊਜ਼ ਦੇ ਸੋਰਸ ਕਮੈਂਟ ਆ ਬਾਈ ਜਨਤਾ ਨੂੰ ਸਾਰਾ ਕੁਝ ਪਤਾ ਨਹੀਂ ਹੁੰਦੇ ਉਹ ਰਿਲਾਇਬਲ ਨਹੀਂ ਹੁੰਦੇ ਉਹ ਜਨਤਾ ਨੂੰ ਸਾਰਾ ਕੁਝ ਪਤਾ ਵੀ ਕੀ ਦੇ ਬਾਰੇ ਕਿਹਾ ਹੋਊਗਾ ਓਕੇ ਚੱਲ ਤੇ ਉਸ ਤੋਂ ਬਾਅਦ ਕੀ ਕਮੈਂਟਾਂ ਜੋ ਮੈਨੂੰ ਕੀ ਮਿਲਿਆ ਵੀ ਇਰਾਕੇ ਨੂੰ ਕਹੀ ਗਈ ਹੈ ਗੱਲ ਫਿਰ ਮੈਂ ਕਿਹਾ ਮੈਂ ਕਿਹਾ ਰਾਕੇ ਨੇ ਆਬ ਜਾ ਕੀ ਕਰਤਾ ਵੀ ਕਰਨ ਵਾਲੋ ਤੇ ਔਖਾ ਹੋ ਗਿਆ ਫਿਰ ਮੈਂ ਰਾਕੇ ਦੀ YouTube ਤੇ ਗਿਆ ਉਹਦਾ ਗਾਣਾ ਆਇਆ ਹੋਇਆ ਸੀ ਸਵਾਦ ਓਕੇ ਜੇ ਤੂੰ ਹੁਣ ਕੰਪੋਜੀਸ਼ਨ ਸੁਨੇਗਾ ਨਾ ਜਮਾਂ ਸੇਮ ਡਿੱਟੋ ਕਾਪੀ ਪੇਸਟ ਚੱਲ ਕੰਪੋਜੀਸ਼ਨ ਤੇ ਤਾਂ ਪੜ੍ਹਿਆ ਪਰ ਤੂੰ ਜਿਵੇਂ ਤਨ ਉਦਾਂ ਇਹਨੂੰ ਜਰਨਲ ਕੁਐਸਚਨ ਪੁੱਛਾ ਤੂੰ ਰਾਕੇ ਦੇ ਗਾਣੇ ਸੁਣਦਾ ਰਾਕੇ ਦੇ ਗਾਣੇ ਨਹੀਂ ਮੈਂ ਸੁਣਦਾ ਮੈਂ ਤਾਂ ਹੀ ਸੁਣਿਆ ਕਿ ਕੋਈ ਕਰਨ ਵਾਲੇ ਨੇ ਹਿੰਟ ਦਿੱਤਾ ਉਹਦੇ ਨਾਲ ਰਾਕੇ ਦਾ ਕੋਈ ਗਾਣਾ ਨਹੀਂ ਸੁਣਿਆ ਮੈਂ ਉਹ ਅਮਲੀ ਅੰਤ ਵਾਲਾ ਬਸ TikTok ਤੇ ਸੁਣਿਆ ਥੋੜਾ ਬਤ ਕਨ ਕਰੇਂਜ ਨਹੀਂ ਲੱਗਦਾ ਕਰੇਂਜ ਆ ਬੰਦਾ ਪੂਰਾ ਹਾਂ ਬੰਦਾ ਕੀ ਗਾਣਾ ਦੋਵੇਂ ਤੇ ਉਦੋਂ ਬਾਅਦ ਮੈਂ ਕਿਹਾ ਮੈਂ ਕਿਹਾ ਯਾਰ ਗਾਣਾ ਤਾਂ ਕੰਪੋਜੀਸ਼ਨ ਚਾ ਵਾਂ ਸੇਮ ਚੱਕੀ ਬੈਠਾ ਕਰਨ ਆਇਲੇ ਦੀ ਤਾਂ ਹੀ ਫਿਰ ਕਰਨ ਆਇਲ ਆ ਉਦੋਂ ਸਤਿਆ ਬੈਠਾ ਸੀ ਆਪਦੀ ਲਾਈਵ ਸਟ੍ਰੀਮ ਤੇ ਕਹਿੰਦਾ ਮੇਰੀਆਂ ਤਰ੍ਹਾਂ ਚੱਕੀ ਜਾਂਦਾ ਹੈ ਕਹਿੰਦਾ ਯੂਸੂਅਲੀ ਫਨ ਮੋਡਸ ਹੁੰਦਾ ਤੇ ਜਿੱਦਾਂ ਨੇ ਕਿਹਾ ਵੀ ਮੈਨੂੰ ਲੱਗਿਆ ਨਹੀਂ ਸੀ ਕਿ ਇਹ ਤਾਂ ਸੀਰੀਅਸਲੀ ਆਏ ਕਿ ਸਾਨੂੰ ਕਿਹਾ ਹੋ ਗੁੱਸੇ ਚ ਕਿਹਾ ਥੋੜਾ ਪਰ ਜਿਹੜੀ ਜਿਹੜੀ ਉਹਨੇ ਬਾਅਦ ਚ ਵੀਡੀਓਸ ਕੀਤਾ ਕਿ ਕੋਈ ਨਾ ਕਰ ਲਓ ਜਿੰਨੀਆਂ ਕਾਪੀ ਹੋਣੀਆਂ ਕਹਿੰਦਾ ਮੈਂ ਕਹਿੰਦਾ ਤਕੜੀ ਹਾਂ ਕਹਿੰਦਾ ਤਕ ਤੇ ਉਹੀ ਗੱਲ ਤੇ ਬਾਅਦ ਹੁਣ ਜਿਹੜੀ ਰਾਕੇ ਦੀ ਉਹ ਵੇਖੀਏ ਈਪੀ ਟ੍ਰੇਲਰ ਜ ਆਇਆ ਹੁਣ YouTube ਤੇ ਮੈਂ ਫਾਲੋ ਨਹੀਂ ਕਰਦਾ ਜਮਾਂ ਵੀ ਮੈਂ ਤਾਂ ਹੀ ਕੀਤਾ ਤੇ ਉੱਥੇ ਸਾਰਾ ਹੁਣ ਨਿਊਜ਼ ਤਾਂ ਹੀ ਖਿਲਾਰਾ ਪਿਆ ਹੋਇਆ ਉਹ ਚੀਜ਼ ਦਾ ਵੀ ਉਹਨੇ ਕਰਨ ਔਜਲੇ ਤੇ ਹਿੱਟ ਲੈ ਵੈਸੇ ਦੱਸਦਾ ਕਹਿੰਦਾ ਵੀ ਮਾਨਕ ਦੀ ਕਲੀਆਂ ਚੱਕ ਕੇ ਸਟਾਰ ਬਣੇ ਫਿਰਦੇ ਸਮਥਿੰਗ ਲਾਈਕ ਦੈਟ ਉਹਦੇ ਟ੍ਰੇਲਰ ਦੇ ਵਿੱਚ ਉਹਦੇ ਕਹਿੰਦਾ ਮਤਲਬ ਵੀ ਕਰਨ ਔਜਲੇ ਦੀਆਂ ਤਰ੍ਹਾਂ ਕਾਪੀੜਾ ਕੁਲਦੀਪ ਮਾਨਕ ਦਾ ਹਾਂ ਹਾਂ ਕੁਲਦੀਪ ਮਾਨਕ ਦੀ ਇੱਕ ਕਲੀ ਆ ਮਾਈਨੇ ਮੇਰੀ ਅੱਖ ਲੱਗ ਗਈ ਉਹਦੀ ਜਿਹੜੀ ਕੰਪੋਜੀਸ਼ਨ ਸੁਨੇਗਾ ਜਮਾਂ ਸੇਮ ਆ ਕਰਨ ਔਜਲੇ ਦੇ ਟੇਕੀ ਡੀਜ਼ੀ ਨਾਲ ਚਲੇ ਤਾਂ ਹੋ ਗਿਆ ਰਾਕਿਤ ਆਪੀਨੀਅਨ ਤੇਰਾ ਕੀ ਖਿਆਲ ਆ ਚੀਜ਼ ਬਾਰੇ ਮੇਰਾ ਮੇਰਾ ਖਿਆਲ ਆ ਵੀ ਕੰਪੋਜੀਸ਼ਨ ਹੁਣ ਜੇ ਮੈਂ ਟੇਕੀ ਰੀਦੀ ਸੁਣਾ ਤੇ ਗੁਦੀ ਮਾਨਕ ਦੇ ਮਾਇਨੇ ਮੇਰੇ ਅੱਖ ਲੱਗ ਗਈ ਦੀ ਸੁਣਾ ਸੇਮ ਆ ਕੰਪੋਜੀਸ਼ਨ ਮੈਨੂੰ ਸੇਮ ਲੱਗੀ ਸੇਮ ਆ ਕਿ ਉਹਦੇ ਵਿੱਚ ਸਿਮਿਲੈਰਿਟੀ ਆ ਮੈਨੂੰ ਸਿਮਿਲੈਰਿਟੀ ਲੱਗੀ ਵੀ ਕਿਉਂਕਿ ਜੇ ਥੋੜਾ ਜਿਹਾ ਫਾਸਟ ਹੋ ਜਾਏਗਾ ਨਾ ਗੁਦੀ ਮਾਨਕ ਦਾ ਤੇ ਜੇ ਥੋੜਾ ਜਿਹਾ ਵਾ ਛਿਪਾ ਪਾ ਜੇ ਤੇ ਮੈਨੂੰ ਸੇਮ ਹੀ ਲੱਗਿਆ ਕੰਮ ਹੁਣ ਜਿੱਦਾਂ ਤੋ ਉਹਦੀ ਪੀਓਵੀ ਤੇ ਉਹਦੀ ਸਵਾਦ ਦੀ ਗੱਲ ਕੀਤੀ ਆ ਹੁਣ ਉਹ ਜਿੱਦਾਂ ਲਾਈਕ ਉਹ ਜ਼ੀਰੌਕਸ ਕਾਪੀ ਆ ਜਿਹੜੇ ਸਾਹਮਣੇ ਤੋ ਮੈਨੂੰ ਦੱਸਿਆ ਉਹ ਮੈਂ ਸਨੀਪਿਟਸ ਦੇਖਿਆ ਥੋੜੇ ਜੇ ਤੇ ਉਹਦਾ ਜਿੱਦਾਂ ਜੇ ਤੂੰ ਸਾਈਡ ਬਾਈ ਸਾਈਡ ਪਲੇ ਕਰੇਂਗਾ ਨਾ ਇੱਕ ਬੰਦੇ ਨੂੰ ਮਿਊਟ ਕਰਕੇ ਤੈਨੂੰ ਆਏ ਲੱਗੂ ਵੀ ਗਾਣਾ ਇੱਕੋ ਹੀ ਚੱਲੀ ਜਾਂਦਾ ਤੂੰ ਕਰਨ ਔਲੇ ਦਾ ਪੀਓਵੀ ਪਲੇ ਕਰ ਲਈ ਤੇ ਰਾਕੇ ਦਾ ਸਵਾਦ ਪਲੇ ਕਰ ਲਈ ਤੈਨੂੰ ਆਏ ਲੱਗਣਾ ਵੀ ਇੱਕੋ ਹੀ ਗਾਣਾ ਚੱਲੀ ਜਾਂਦਾ ਹੁਣ ਫਿਰ ਉਹ ਹੋਈ ਕਾਪੀ ਕਿਉਂਕਿ ਜੇ ਆਪਾਂ ਬੈਕ ਇਨ ਦਾ ਡੇਜ਼ ਹੁਣ ਜਾ ਕੇ ਆਪਾਂ ਇਦਾਂ ਪੁਰਾਣੇ 1970 1980 1990 ਵਾਲੇ ਗਾਣਿਆਂ ਨੂੰ ਜੇ ਆਪਾਂ ਥੋੜੀ ਜਿਹੀ ਸਿਮਿਲੈਰਿਟੀ ਲਿਆਉਣੇ ਆ ਮੋਡੀਫਾਈ ਕਰਕੇ ਉਹ ਹੁੰਦੀ ਹੈ ਸੈਂਪਲਿੰਗ ਹੁਣ ਜੇ 2023 ਦੇ ਗਾਣੇ ਨੂੰ ਤੁਸੀਂ 2023 ਦੇ ਗਾਣੇ ਨਾਲ ਹੀ ਕਾਪੀ ਕਰ ਦੋਗੇ ਉਹ ਹੈਗੇ ਕਾਪੀ ਤਾਂ ਹੀ ਫਿਰ ਲਾਈਵ ਸਟ੍ਰੀਮ 'ਚ ਕਰਨਾ ਆਇਲਾ ਬੋਲਦਾ ਸੀ ਤੇ ਮੈਂ ਸਰਪ੍ਰਾਈਜ਼ ਨਹੀਂ ਹੋਊਂਗਾ ਕੋਈ ਵੀ ਆਰਟਿਸਟ ਕਿਸੇ ਦੀ ਨਹੀਂ ਮੈਂਟਸ ਹੁੰਦੀ ਹੈ ਕਿਸੇ ਵੀ ਗਾਣੇ ਤਰਜ ਬਣਾਉਣੀ ਬਹੁਤ ਔਖੀ ਆ ਲਿਖਣਾ ਗਾਣਾ ਚੰਗਾ ਤਰਜ ਬਣਾਉਣੀ ਉਨੀ ਔਖੀ ਆ ਗਾਣੇ ਦੀ ਨਹੀਂ ਪਰ ਹੁਣ ਮੈਂ ਤੈਨੂੰ ਪੁੱਛਦਾ ਵੀ ਹੁਣ ਜਿਹੜੀ ਰਾਕ ਆਪਦੀ ਐਲਬਮ ਤੇ ਐਲਬਮ ਦੇ ਵਿੱਚ ਉਹਨੇ ਟ੍ਰੇਲਰ ਛੁਣ ਕਰਨ ਆਇਲੇ ਤੇ ਸਿੱਧੇ ਸਿੱਧੇ ਉਹਨੇ ਟਾਰਗੇਟ ਕੀਤਾ ਵਿਆ ਉਹਨੂੰ ਵੀ ਵਿੱਚ ਗੁਲਦੀਬ ਮਾਨਕ ਤੇ ਟੇਕੀ ਡੀ ਜ਼ੀ ਗਾਣੇ ਦੀ ਵਿੱਚ ਉਹਨੇ ਰੈਫਰੈਂਸ ਪਾਈ ਵੀ ਆ ਵਿੱਚੇ ਲਿਖੀ ਬੈਠਾ ਵੀ ਗੁਲਦੀਬ ਮਾਨਕ ਤੋਂ ਕਰਨ ਆਇਲੇ ਨੇ ਉਹ ਚੱਕੀ ਆ ਤਰਜ਼ ਚੱਕੀ ਆ ਹੁਣ ਤੂੰ ਕਿ ਇਹ ਨਹੀਂ ਮੈਨੂੰ ਲੱਗਦਾ ਵੀ ਉਹ ਬਾਈ ਦਾ ਨਾਮ ਲੈ ਕੇ ਆ ਤੂੰ ਕਿਵੇਂ ਕਿਵੇਂ ਦੇਖ ਰਿਹਾ ਚੀਜ਼ ਨੂੰ ਵੀ ਉਹਨੇ ਵੀ ਪਬਲਿਸਿਟੀ ਸਟੰਟ ਆ ਵੀ ਐਲਬਮ ਫੇਮਸ ਕਰ ਲਈ ਆ ਫੋਰ ਸ਼ੋਰ ਪਬਲਿਸਿਟੀ ਸਟੰਟ ਆ ਹੁਣ ਤੇਰੇ ਮੇਰੇ ਅਰਗੇ ਮੈਂ ਤੈਨੂੰ ਨਹੀਂ ਸੁਣਿਆ ਵੀ ਤੂੰ ਰਾਕ ਕੇ ਤੇ ਗਾਣੇ ਸੁਣੀ ਜਾਂਦਾ ਅਮਲੀ ਅੰਤ ਮੋਈ ਤੱਕ ਕੇ ਨਾ ਜੇ ਕਿਤੇ ਰੇਡੀਓ ਤੇ ਪਲੇ ਹੋ ਗਿਆ ਕਿ ਬੀਜੀ ਦੇ ਪਲੇ ਹੋ ਗਿਆ ਸੁਣ ਲਿਆ ਰੀਲਸ ਤੇ ਆ ਗਿਆ ਸੁਣ ਲਿਆ ਸਹੀ ਗੱਲ ਪਰ ਤੂੰ ਕਿੰਨਾ ਆਊਟ ਆਫ ਦਾ ਵੇਜ ਜਾ ਕੇ ਐਪਲ 뮤직 ਤੇ ਸਰਚ ਕੀਤਾ ਸਪੋਟੀਫਾਈ ਤੇ ਸਰਚ ਕੀਤਾ ਕਦੇ ਵੀ ਸਰਚ ਕੀਤਾ ਕਦੇ ਵੀ ਨਹੀਂ ਹੁਣ ਤੂੰ ਜੇ ਕਿਹਨਾ ਤੂੰ ਥੋੜੇ ਟਾਈਮ ਪਹਿਲਾਂ ਹੁਣ ਜੇ ਤੂੰ ਸਵਾਦ ਗਾਣਾ ਸੁਣਿਆ ਤੂੰ ਕਿਉਂ ਸੁਣਿਆ ਕਿਉਂਕਿ ਕਰਨ ਔਏ ਲੈਨੇ ਆਪਦੇ ਲਾਈਵ ਚ ਕਿਹਾ ਵੀ ਮੈਂ ਦਰਜ ਚੱਕੀ ਵੀ ਆ ਤੇ ਕਮੈਂਟਾਂ ਚ ਮੈਂ ਲੋਕਾਂ ਨੇ ਕਿਹਾ ਵੀ ਉਹਨੂੰ ਕਿਹਾ ਵੇ ਤਾਂ ਸੁਣਿਆ ਜਾ ਕੇ ਜਿੱਦਾਂ ਤੇਰੇ ਮੇਰੇ ਵਰਗੇ ਇਦਾਂ ਹੀ ਹੁਣ ਤੂੰ ਇਹਨਾਂ ਦੱਸਿਆ ਹੁਣ ਮੈਂ ਸੁਣੂਗਾ ਗਾਣਾ ਉਹ ਵੀ ਐਫਜੀ ਕੀ ਸਿਮ ਰਾਕੇ ਦਾ ਫਾਇਦਾ ਹੈ ਕਰਨੋ ਜਿਲੇ ਦਾ ਕੋਈ ਫਾਇਦਾ ਹੈ ਮੈਨੂੰ ਨਹੀਂ ਲੱਗਦਾ ਕੋਈ ਫਾਇਦਾ ਨਹੀਂ ਬਾਈ ਨੂੰ ਰੱਖ ਕੇ ਤਾਂ ਕੋਈ ਫੇਮ ਨਹੀਂ ਮਿਲਨੀ ਪਰ ਇੱਕ ਤਾਂ ਇਹ ਇਹ ਸਟੈਂਡਰਡ ਬਣਦਾ ਜਾ ਰਿਹਾ ਵੀ ਆਪਣੀ ਜਿਹੜੀ ਇੰਡਸਟਰੀ ਦਾ ਵੀ ਜਿਹਨੇ ਫੇਮਸ ਹੋਣਾ ਵੀ ਕੰਟਰੋਵਰਸੀ ਕਰੋ ਜਿਹਦੀ ਐਲਬਮ ਆ ਵੀ ਕੰਟਰੋਵਰਸੀ ਕਰੋ ਜਿਹਦਾ ਗਾਣਾ ਆ ਕੰਟਰੋਵਰਸੀ ਕਰੋ ਬਹੁਤ ਸਿੰਪਲ ਗੱਲ ਆ ਨੋਰਮ ਨਾਰਮਲ ਬੰਦੇ ਨਾਲ ਕੰਟਰੋਵਰਸੀ ਨਹੀਂ ਹਾਂ ਰਾਕਾ ਤੇ ਕਰਨੋ ਜਿਲੇ ਨਾਲ ਕੋਈ ਕੰਪੈਰੀਸ਼ਨ ਹੈ ਨਹੀਂ ਜਿਵੇਂ ਸਿੱਧੂ ਟੌਪ ਸੀ ਅਬਸਰਡ ਬਹੁਤ ਕੰਪੈਰੀਸ਼ਨ ਹਾਂ ਸਿੱਧੂ ਮੂਸੇਵਾਲਾ ਕੰਪੀਟਿੰਗ ਵਿਦ ਕਰਨੋ ਜਲਾ ਇੱਕ ਟਾਈਮ ਤੇ ਸੈਂਸ ਬਣ ਦਿਓ ਚੀ ਦੀ ਦੋ ਬੰਦੇ ਟ ਈਵਨ ਦੋ ਲਾਈਕ ਆਪਾਂ ਸਪੋਰਟ ਕਰਦੇ ਕੋਈ ਵੀ ਯੰਗ ਟੈਲੈਂਟ ਹੋਵੇ ਹਨਾ ਪਰ ਸਿੱਧੇ ਸਿੱਧੇ ਤਰੀਕੇ ਨਾਲ ਸਿੱਧੀਆਂ ਪੌੜੀਆਂ ਇੱਕ ਤੋਂ 10 ਗਿਣ ਕੇ ਤੁਸੀਂ ਜੋ ਤਾਂ ਚੜੋਗੇ ਹਨਾ ਉਹ ਹੋਰ ਗੱਲ ਆ ਤੈਨੂੰ ਮੈਂ ਦੱਸਦਾ ਅਮਲੀ ਐਂਥਮ ਤੋਂ ਬਾਅਦ ਰਾਕੇ ਦਾ ਗਾਣਾ ਕੋਈ ਆਇਆ ਸੀ ਕਲਾਕਾਰ ਉਹ ਸਿੱਧੂ ਨੂੰ ਸਿੱਧੂ ਬਾਰੇ ਬਾਲੀਆਂ ਗੱਲਾਂ ਕਹੀਆਂ ਸੀ ਰਾਕੇ ਨੇ ਤੇ ਬਾਅਦ ਚ ਉਹ ਤਾਂ ਮੈਂ ਕਲਿੱਪ ਦੇਖੀ ਆ ਉਹ ਤਾਂ ਮੁੱਕਰ ਗਿਆ ਕਹਿੰਦਾ ਮੈਂ ਉਹ ਸਿੱਧੂ ਬਾਈ ਕਹਿੰਦਾ ਮੈਂ ਸਿੱਧੂ ਬਾਈ ਨੂੰ ਨਹੀਂ ਕਿਹਾ ਤੇ ਉਸ ਤੋਂ ਬਾਅਦ ਚ ਕਲਾਕਾਰ ਤੋਂ ਬਾਅਦ ਆਇਆ ਸਵਾਦ ਸੋ ਦੋਨੋਂ ਹੁਣ ਨੇ ਜਿਹੜੇ ਦੋ ਕ ਗਾਣੇ ਆਏ ਆ ਪੂਰੇ ਕੰਟਰੋਵਰਸੀ ਵਾਲੇ ਸੀਗੇ ਡਟ ਕੇ ਹੁਣ ਇਹ ਵੀ ਹੋ ਸਕਦਾ ਕਿ ਬਾਈ ਦੀ ਆਡੀਅנס ਉਸ ਤਰ੍ਹਾਂ ਦੀ ਹੋਵੇ ਜਿਵੇਂ ਆਪਾਂ ਗਾਣੇ ਸੁਣਦੇ ਜਿਹੜੇ ਸਵਾਦ ਭਾਲ ਦੇ ਸਵਾਦ ਭਾਲ ਦੇ ਗਾਣੇ ਦਾ ਨਹੀਂ ਬਾਈ ਨੇ ਸਵਾਦ ਰੱਖਤਾ ਵੀ ਸਵਾਦ ਹੀ ਭਾਲਦੀ ਹੈ ਦੁਨੀਆ ਸਵਾਦ ਮਿਲਿਆ ਵੀ ਫਿਰ ਉਸ ਹਿਸਾਬ ਨਾਲ ਇੰਨਾ ਸਵਾਦ ਮਿਲਿਆ ਕਿ ਕਰਨ ਉਹ ਲਈ ਤਾਂ ਗੱਲ ਪਹੁੰਚ ਗਈ ਪਰ ਉਦਾਂ ਹੀ ਲਾਈਕ ਸੈਂਪਲਿੰਗ ਕਰਨੀ ਇੱਕ ਪੁਆਇੰਟ ਤੇ ਹੁਣ ਮੈਂ ਪਹਿਲਾਂ ਬਹੁਤ ਹਨਾ ਆਪਾਂ ਦੇਖਦੇ ਰਹਿੰਦੇ ਵੀ ਮੈਂ ਸ਼ੁਰੂ ਕੀਤਾ ਤੇ ਜੱਟ ਦੀ ਕਲਿੱਪ ਗਾਣਾ ਸੀ ਮਨਕਿਰਤੌਲਕ ਦਾ ਉਹ ਕਿਤੇ ਨਾ ਕਿਤੇ ਉਹ ਪਿੱਛਾ ਕੇ ਕਾਪੀ ਨਿਕਲੀ ਕਿਸੇ ਉਹਨੇ ਐਗਜ਼ੈਕਟ ਮਿਊਜ਼ਿਕ ਚੱਕਿਆ ਗਿਆ ਹਾਂ ਉਸ ਟਾਈਮ ਤੇ ਬਾਹਰ ਆਲਾ ਬੰਦਾ ਸੀ ਕਿ ਹਾਂ ਇਹ ਤਾਂ ਕਾਪੀ ਹੁੰਦਾ ਵੈਸਟਰਨ ਮਿਊਜ਼ਿਕ ਨੂੰ ਅਦਾ ਕਾਪੀ ਕਰ ਦਿਆ ਪਰ ਮਿਊਜ਼ਿਕ ਕਾਪੀ ਤੱਕ ਠੀਕ ਸੀ ਉਹਨ ਕੰਪੋਜੀਸ਼ਨ ਉਹ ਚੋਰੀ ਮ ਲੱਗੀਆਂ ਤਾਂ ਉਹ ਚੋਰੀ ਆ ਹਾਂ ਉਹ ਵੀ ਰੈਕਸਨ ਆਰਾਊਂਡ ਸਿੱਧੂ ਮੂਸੇ ਵਾਲੇ ਦਾ ਕਿਸੇ ਬਾਲੀਵੁੱਡ ਦੇ ਪੁਰਾਣੇ 90s ਦੇ ਗਾਣੇ ਦਾ ਸੈਂਪਲ ਕੀਤਾ ਵੈ ਕਿਸੇ ਵੀ ਬੀਟ ਨੂੰ ਜੇ ਬੀਟ ਸਲੋ ਪਲੇ ਹੋ ਰਹੀ ਆ ਉਸ ਤੇ ਤਰਜ਼ ਡਿਫਰੈਂਟ ਬਣੂਗੀ ਉਸੇ ਗਾਣਾ ਡਿਫਰੈਂਟ ਬਣੂਗਾ ਜਿਹੜਾ ਫਾਸਟ ਕਰਦਾ ਡਿਓਰ ਗਾਣਾ ਸੁਣਿਆ ਤੂੰ ਪਾਵਸ স্মੋਕ ਦਾ ਹਾਂ ਤੇ ਦੇਖ ਲਓ ਬੀਟ ਦੀ ਹੁਣ ਆਉਂਦੀ ਆ ਨਾ ਜਿਹੜੀ ਪੁਰਾਣੀ ਬੀਟ ਜਿਹੜੀ ਸੀਗੀ ਉਹਨੂੰ ਤਾਂ ਕਿਸੇ ਨੇ ਸੁਣਿਆ ਵੀ ਨਹੀਂ ਹੋਣਾ ਤੇ ਜਦੋਂ ਉਹਨੂੰ ਡਰਿੱਲ ਬਣਾਤਾ ਬੰਦੇ ਨੇ ਉਹੀ ਮੋਡੀਫਾਈ ਕਰ ਕਰ ਚੀਟਾ ਮੋਡੀਫਾਈ ਕਰ ਲਿਆ ਪਰ ਉਹ ਸੈਂਪਲਿੰਗ ਸਮਝ ਆਉਂਦੀ ਆ ਪਰ ਕਿਤੇ ਨਾ ਕਿਤੇ ਆਪਾਂ ਆਪਾਂ ਕਿਵੇਂ ਦੇਖਦੇ ਆ ਇਹਨੂੰ ਜਿਹੜੀ ਹੁਣ ਰਾਕੇ ਦੀ ਤੇ ਕਰਨ ਔਇਲੇ ਦੀ ਵੀ ਹੁਣ ਕਰਨ ਔਇਲੇ ਨੂੰ ਨਹੀਂ ਕਰਨਾ ਚਾਹੀਦਾ ਆ ਕੁਝ ਮੈਨੂੰ ਨਹੀਂ ਲੱਗਦਾ ਕਿ ਬਾਈ ਜਿਹੜੇ ਲੈਵਲ ਤੇ ਹੈਗਾ ਇਸ ਟਾਈਮ ਉਹਨੂੰ ਲੋਡ ਐਕਸ ਚੀਜ਼ ਦੀ ਹਾਂ ਇਹ ਜੀ ਚੀਜ਼ ਕਰਨ ਦੀ ਲੋਡ ਨਹੀਂ ਹੈਗੀ ਇਸ ਚੀਜ਼ ਬਾਈ ਦਾ 0% ਫਾਇਦਾ ਇਹਦੇ ਵਿੱਚ 100% ਫਾਇਦਾ ਹੈਗਾ ਰਾਕੇ ਦਾ ਪੂਰਾ ਕਿਉਂਕਿ ਹੁਣ ਐਲਬਮ ਆ ਰਹੀ ਹੈ ਹੁਣ ਤੈਨੂੰ ਪਤਾ ਲੱਗ ਗਿਆ ਮੈਨੂੰ ਪਤਾ ਲੱਗ ਗਿਆ ਹੁਣ ਆਪਣੇ ਜਿਹੜੇ ਵੀਅਰ ਐ ਇਹਨਾਂ ਨੂੰ ਪਤਾ ਲੱਗ ਗਿਆ ਤੂੰ ਹਾਲੇ ਵੀ ਸੁਣੇਗਾ ਇਹ ਸੁਣਾਗੀ ਵੀ ਐਜ਼ ਇਨ ਵੀ ਕਰਨ ਵਾਲੇ ਲੋਨ ਨੇ ਹਿੱਟ ਲਿਆ ਵੈਸੇ ਦਾ ਹੁਣ ਮੈਂ ਸੁਣਨਾ ਚਾਹਣਾ ਵੀ ਠੀਕ ਆ ਬਸ ਮੈਂ ਆਹੀ ਪੁਆਇੰਟ ਪ੍ਰੂਵ ਕਰਨਾ ਸੀ ਅਭੀ ਆਹੀ ਚੀਜ਼ ਆ ਹਣ ਸਾਰੇ ਤੂੰ ਕੱਲਾ ਨਹੀਂ ਹੈਗਾ ਤੂੰ ਗਲਤ ਨਹੀਂ ਹੈਗਾ ਇਹ ਚੀਜ਼ ਲਈ ਆਪਾਂ ਸਾਰਿਆਂ ਨੂੰ ਕਿਉਂ ਉਹ ਹੁੰਦੀ ਆ ਪਰਕਿਊਰੀਅਸਟੀ ਹੁਣ ਦੇਖਣਾ ਬਈ ਕਰਨ ਵਾਲੇ ਨੂੰ ਕੀ ਕਿਹਾ ਹੋਊਗਾ ਉਹ ਚ ਹੁਣ ਕਿਊਰੀਅਸ ਕਿਊਰੀਅਸਿਟੀ ਬਣ ਗਈ ਵੀ ਇਹੋ ਜਿਹਾ ਉਹਨੇ ਕੀ ਕਿਹਾ ਹੋਊਗਾ ਇਹ ਤਾਂ ਸਿੰਪਲ ਜੀ ਗ ਉਹਨੂੰ ਬੋਲ ਪੇ ਗਲਤ ਬੋਲਣ ਲੱਗ ਜੀ ਦੋ ਗਾਣੇ ਪਹਿਲਾਂ ਚਾਰ ਕ ਮਹੀਨੇ ਪਹਿਲਾਂ ਬੋਲਣ ਲੱਗ ਜੇ ਤੂੰ ਦੋ ਬੰਦ ਦੋ ਤਰ੍ਹਾਂ ਦੇ ਬੰਦੇ ਨੂੰ ਅਟਰੈਕਟ ਕਰ ਰਹੀਆਂ ਬੇਸਿਕਲੀ ਇੱਕ ਉਹ ਬੰਦੇ ਤੇ ਜਿਹੜੇ ਫੈਨਸ ਹੋਣਗੇ ਤੇ ਇੱਕ ਉਹ ਬੰਦੇ ਤੇ ਜਿਹੜੇ ਹੇਟਰ ਹੋਣਗੇ ਆਫ ਕੋਰਸ ਜਿਹੜੇ ਹੇਟਰ ਆ ਤੇਰੇ ਨਾਰਾ ਲੰਗੇ ਤੇ ਜਿਹੜੇ ਫੈਨਸ ਹੋਣਗੇ ਉਹ ਤੈਨੂੰ ਗਲਤ ਬੋਲਣਗੇ ਪਰ ਉਹ ਲਾਈਕ ਉਹ ਕਹਿੰਦਾ ਕਿ ਐਵਰੀ ਪਬਲਿਸਿਟੀ ਇਜ਼ ਗੁੱਡ ਪਬਲਿਸਿਟੀ ਭਾਵੇਂ ਉਹ ਨੈਗੇਟਿਵ ਹੋਵੇ ਪੋਜ਼ਿਟਿਵ ਹੋਵੇ ਪਬਲਿਸਿਟੀ ਇਸ ਪਬਲਿਸਿਟੀ ਤੇ ਤੁਹਾਨੂੰ ਪੈਸੇ ਬਣਾਉਂਦੀ ਆ ਤੁਹਾਡਾ ਨਾਮ ਬਣਦਾ ਲੋਕਾਂ ਦੀ ਅੱਜਕੱਲ ਜਿਹੜੀ ਮੈਮਰੀ ਹੈਗੀ ਆ ਉਹ ਬਹੁਤ ਸ਼ਾਰਟ ਆ ਸ਼ਾਰਟ ਇਨ ਅ ਵੇਅ ਕਿ ਉਹ ਭੁੱਲ ਜਾਂਦੇ ਆ ਕਿ ਕਿਸੇ ਬੰਦੇ ਨੇ ਮਾੜੇ ਕੰਮ ਵੀ ਕਿਵੇਂ ਚੜਿਆ ਉਹ ਭੁੱਲ ਕੇ ਸਾਰੇ ਅੱਗੇ ਇੰਨਾ ਜਦੋਂ ਬੰਦਾ ਹਿੱਟ ਹੋ ਜਾਂਦਾ ਨਾ ਕਿਸੇ ਦੇ ਧਮਾਚੇ ਨਿਕਾਲ ਰਹੇ ਨੇ ਦੀ ਕਹਾਣੀ ਲੱਗਿਆ ਮੈਨੂੰ ਹਿੱਟ ਹੋਇਆ ਸਿੱਧੂ ਮੂਸੇ ਵਾਲਾ ਇੱਕ ਟਾਈਮ ਦੇ ਕਿਵੇਂ ਹਿੱਟ ਹੋਇਆ ਦੋਵੇਂ ਕੌਂਟਰੋਵਰਸੀ ਕਰਦੇ ਦੋਵੇਂ ਇੱਕ ਦੂਜੇ ਪਰ ਸਾਰੇ ਭੁੱਲ ਗਏ ਨਾ ਕਿਉਂਕਿ ਜਦੋਂ ਬੰਦੇ ਸਟੈਬਲਿਸ਼ ਹੋ ਜਾਂਦੇ ਵੱਡਾ ਬਣ ਜਾਂਦਾ ਮੁੰਡਾ ਲੋਕ ਭੁੱਲ ਜਾਂਦੇ ਐ ਬੈਕ ਸਟੋਰੀ ਭੁੱਲ ਜਾਂਦੇ ਓਵੇਂ ਹੀ ਇਹ ਟਰਾਈ ਕਰ ਰਿਹਾ ਬੰਦਾ ਚਲੋ ਵੇਖੋ ਹੁਣ ਜਦੋਂ ਇਹਦੀ EP UP ਆਉਂਦੀ ਹੈ ਵੀ ਕੀ ਪਰ ਮੈਂ ਇਹਨੂੰ ਵੀ ਗਲਤ ਨਹੀਂ ਕਹੂੰਗਾ ਕਿਤਨਾ ਕਿਤੇ ਕਿਉਂਕਿ ਆਪਣਾ ਹੁਣ ਸਟੈਂਡਰਡ ਬਣਿਆ ਵੇ ਇੰਡਸਟਰੀ ਦਾ ਇਹ ਸਾਰਿਆਂ ਨੇ ਜਿਹੜੇ ਤੋਂ ਮਰਜ਼ੀ ਆਰਟਿਸਟ ਹੋ ਚਾਹ ਲੈ ਕਿਤਨਾ ਕਿਤੇ ਕੰਟਰੋਵਰਸੀ ਤੋਂ ਬਿਨਾ ਵੀ ਬੰਦੇ ਮਿਹਨਤ ਕਰਕੇ ਜਿਹੜੇ ਹੈਗੇ ਆ ਬੋਲਣਾ ਪਰ ਉਹ ਆਣਾ ਜੇ ਦੁਨੀਆ ਤੇ ਰਹਿਣਾ ਆਪਣਾ ਦੁਨੀਆ ਵਰਗੇ ਬੰਨਾ ਪੈਣਾ ਹੁਣ ਤੂੰ ਦੱਸ ਵੀ ਅਰਜੈਂਟੋ ਨੇ ਕੰਟਰੋਵਰਸੀ ਕੀਤੀ ਕੋਈ ਕਿਸੇ ਨਾ ਬੰਦੇ ਨੇ ਕੋਈ ਕੰਟਰੋਵਰਸੀ ਨਹੀਂ ਕੀਤੀ ਉਹ ਅਗਲਾ ਮਿਹਨਤ ਕਰ ਰਿਹਾ ਨਵਾਂ ਸੰਧੂ ਆਪਦੀ ਮਿਹਨਤ ਕਰ ਰਿਹਾ ਕੋਈ ਕੰਟਰੋਵਰਸੀ ਨਹੀਂ ਕਰ ਰਿਹਾ ਤੇ ਜਿਹੜਾ ਜਾਨੀ ਜੋਲ ਨੇ ਉਹਨੂੰ ਗਲਤ ਬੋਲਿਆ ਸੀ ਉਹ ਕਿਨੂੰ ਆਹਨੂੰ ਅਰਜੈਂਟੋ ਨੂੰ ਇਹ ਨਹੀਂ ਮੈਨੂੰ ਪਤਾ ਇਹ ਕੋਈ ਹੋਰ ਵੀਡੀਓ ਦਾ ਟੌਪਿਕ ਆ ਗਿਆ ਮੈਨੂੰ ਲੱਗਦਾ ਮੈਨੂੰ ਜਮੇ ਨਹੀਂ ਨੋਲਿਜ ਆ ਚੱਲ ਕੋਈ ਨਹੀਂ ਉਦਾਂ ਹੀ ਆ ਵੀ ਕਈ ਲੋਕ ਟਰਾਈ ਕਰਦੇ ਹਰ ਵਾਰੀ ਮ ਉਹਨੇ ਕਿਸੇ ਇੰਟਰਵਿਊ ਚ ਕਹਤਾ ਸੀਗਾ ਉਹਨੇ ਉਹਨੂੰ ਪੁੱਛਿਆ ਵੀ ਅਰਜنٹੀਨਾ ਬਾਰੇ ਕੁਝ ਕਹਿਣਾ ਚਾਹੋਗੇ ਕਿ ਨਹੀਂ ਸਕਿਪ 25 25 50 ਗਾਣੇ ਨੇ ਤੇ 22 22 ਗਾਣੇ ਉਹ ਜੇ ਤਾਂ ਉਹਦੇ ਕਰਕੇ ਉਹਨੇ ਬੋਲ ਦਿੱਤੇ ਲੋਕਾਂ ਨੇ ਕੁਸ਼ਣ ਕੁਸ਼ ਕਹੀ ਹੈ ਨਾ ਯਾਰ ਪਰ ਉਹੀ ਗੱਲ ਆ ਲੋਕਾਂ ਨੇ ਕਿਸੇ ਨੂੰ ਉਹ ਨਹੀਂ ਦਿੱਤਾ ਉਹਨੂੰ ਫੈਮਲੀ ਮਿਲਿਓ ਚੀਜ਼ ਤੋਂ ਸਭ ਕੁਝ ਨਹੀਂ ਪਰ ਵਾਪਸ ਆਉਣੇ ਆ ਟਾਪਿਕ ਤੇ ਆਪਣੇ ਵੀ ਕਰਨ ਔਇਲ ਤੇ ਰੱਖ ਕੇ ਦੇ ਤੇ ਮੈਨੂੰ ਲੱਗਦਾ ਵੀ ਹੁਣ ਜਿਹੜੇ ਹੁਣ ਮੈਂ ਐਜ਼ ਅ ਲਿਸਨਰ ਮੈਨੂੰ ਰੱਖ ਕੇ ਦੀ ਈਪੀ ਦਾ ਪਤਾ ਨਹੀਂ ਸੀਗਾ ਹੁਣ ਮੈਨੂੰ ਪਤਾ ਲੱਗ ਗਿਆ ਕੰਟਰੋਵਰਸੀ ਤੋਂ ਵੀ ਹਾਂ ਕੋਈ ਈਪੀ ਆ ਰਹੀ ਹੈ ਤੇ ਉਹ ਈਪੀ ਨੂੰ ਤੇ ਟ੍ਰੇਲਰ ਤੋਂ ਚਲਾਏਗਾ ਨਾ ਤੈਨੂੰ ਸਾਫ਼ ਸਾਫ਼ ਕਲੀਅਰ ਹੋ ਜਾਊ ਵੀ ਕਰਨ ਔਜਲੇ ਨੂੰ ਹੀ ਬੋਲਿਆ ਜਾ ਰਿਹਾ ਹੁਣ ਤੂੰ ਬਾਈ ਨੂੰ ਫੇਰ ਫੇਮ ਦੇ ਰਿਹਾ ਉਹ ਚੀਜ਼ ਤੋਂ ਹੁਣ ਮੈਂ ਫੇਮ ਨਹੀਂ ਦੇ ਰਿਹਾ ਮੈਂ ਜਸਟ ਅ ਫੈਕਟ ਮਜਬੂਰ ਕਰਤਾ ਹੁਣ ਮੈਂ ਜਾ ਕੇ ਦੇਖਣੀ ਆ ਵੀ ਉਹ ਐਪ ਜਾਂ ਕੀ ਕਹਿੰਦਾ ਉਹਦੇ ਵਿੱਚ ਜਰੂਰ ਵੇਖਾਂਗੇ ਪਰ ਯਾਰ ਸੈਡ ਰਿਐਲਿਟੀ ਆਪਣੀ ਇੰਡਸਟਰੀ ਦੀ ਪਰ ਕੁਝ ਕਰ ਨਹੀਂ ਸਕਦੇ ਸਦੀਆਂ ਤੋਂ ਚੱਲਦਾ ਆ ਰਿਹਾ ਹੁਣ ਜਿਵੇਂ ਇਹ ਤਾਂ